ਗੁਰਬਾਣੀ ਚ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਕਿਹਾ ਕਿ ਲਾਲਚ ਇੱਕ ਇਹੋ ਜਿਹਾ ਠੱਗ ਹੈ ਇੱਕ ਇਹੋ ਜਿਹਾ ਚੀਟ ਹੈ ਇੱਕ ਇਹੋ ਜਿਹਾ ਇਨਫਲੂਐਂਸ ਸਾਡੇ ਤੇ ਕ੍ਰੀਏਟ ਕਰਦਾ ਹੈ ਗਰੀਡ ਲਾਲਚ ਕਿ ਬੰਦਾ ਆਪਣੇ ਫਰੈਂਡਸ ਨੂੰ ਵੀ ਧੋਖਾ ਦੇ ਜਾਂਦਾ ਹੈ ਆਪਣੇ ਸਿਬਲਿੰਗਸ ਨੂੰ ਭੈਣਾ ਭਰਾਵਾਂ ਨੂੰ ਵੀ ਧੋਖਾ ਦਿੰਦਾ ਚੀਟ ਕਰ ਜਾਂਦਾ ਆਪਣੇ ਪੇਰੈਂਟਸ ਨੂੰ ਵੀ ਚੀਟ ਕਰ ਜਾਂਦਾ ਇੱਥੋਂ ਤੱਕ ਕਿ ਗੁਰੂ ਨੂੰ ਤੇ ਰੱਬ ਨੂੰ ਵੀ ਚੀਟ ਕਰਨ ਦੀ ਕੋਸ਼ਿਸ਼ ਕਰਦਾ ਕਰਦਾ ਕਿ ਨਹੀਂ ਗੁਰੂ ਨੇ ਤੇ ਕਿਹਾ ਕਿ ਨਾ ਕਰ ਮਾੜੇ ਕੰਮ ਪਰ ਮੈਂ ਮਾੜੇ ਕੰਮ ਕਰਕੇ ਬਹੁਤ ਸਾਰਾ ਪੈਸਾ ਇਕੱਠਾ ਕਰਦਾ ਆ ਤੇ ਫਿਰ ਗੁਰੂ ਨੂੰ ਧੋਖਾ ਦੇਣ ਲਈ ਲੰਗਰ ਲਾਣਾ ਹੈ ਅਖੰਡ ਪਾਠ ਕਰਾਉਣਾ ਹੈ ਐਸੇ ਫਾਨੂੰ ਪਤਾ ਹੀ ਨਹੀਂ ਸਤਗੁਰੂ ਜੀ ਸੇ ਜੋ ਜੋ ਕਰਮ ਕੀਓ ਲਾਲਚ ਲਗ ਵਾਟੇਵਰ ਯੂ ਡੂ ਇਨ ਦਾ ਇਨਫਲੂਐਂਸ ਆਫ ਗਰੀਡ ਤਹਿ ਤਹਿ ਆਪ ਬੰਧਾਇਓ ਰਿਮੈਂਬਰ ਦਿਸ ਮੇਰੇ ਮਨਾ ਇੱਕ ਗੱਲ ਜਾਣ ਲੈ ਤੂੰ ਭੁੱਲਿਆ ਆ ਮਾਇਆ ਦੇ ਨਸ਼ੇ ਵਿੱਚ ਪੈ ਕੇ ਮਾਇਆ ਮੈਂ ਫੇਰ ਕਹਾਂ ਪੈਸਾ ਨਹੀਂ ਮਾਇਆ ਹਰੋ ਚੀਜ਼ ਜਿਹੜੀ ਤੈਨੂੰ ਰੱਬ ਨੂੰ ਭੁਲਾਉਂਦੀ ਹੈ ਮੇਰੇ ਮਨਾਂ ਤੋਂ ਭੁੱਲ ਰਿਹਾ ਆਂ ਤੂੰ ਐਂਟੈਂਗਲ ਫਸ ਰਿਹਾ ਇਸ ਚੀਜ਼ ਵਿੱਚ ਵਾਟੇਵਰ ਯੂ ਆਰ ਡੂਇੰਗ ਜੋ ਵੀ ਤੂੰ ਕਰ ਰਿਹਾ ਲਾਲਚ ਦੇ ਅਧੀਨ ਹੋ ਕੇ ਅੰਡਰ ਦਾ ਇਨਫਲੂਐਂਸ ਆਫ ਗਰੀਡ ਤੇਹਤੇ ਆਪ ਬਣਾਇਓ 올 ਦੋਜ਼ ਐਕਟਸ ਆ ਯੂ نو ਉਹ ਤੈਨੂੰ ਬਣ ਰਹੇ ਨੇ ਉਹ ਤੇਰੇ ਸ਼ੈਕਲਸ ਬਣ ਰਹੇ ਆ ਉਹ ਤੇਰੇ ਜ਼ੰਜੀਰਾਂ ਬਣ ਰਹੀਆਂ ਨਾਨਕ ਔਗਣ ਜਿਤੜੇ 33 ਗਲੀ ਜ਼ੰਜੀਰ ਲਾਲਚ ਦੇ ਅਦੀਨ ਹੋ ਕੇ ਕੀਤਾ ਹੋਇਆ ਹਰ ਕੰਮ ਤੈਨੂੰ ਫਸਾ ਰਿਹਾ ਆ ਤੈਨੂੰ ਸ਼ੈਕਲਸ ਵਿੱਚ ਪਾ ਰਿਹਾ ਤੂੰ ਬੱਜ ਰਿਹਾ ਆ ਰਿਮੈਂਬਰ ਦਿਸ ਕਈ ਵਾਰੀ ਅਸੀਂ ਸੋਚ ਲੈਂਦੇ ਆ ਨਾ ਕਿ ਠੀਕ ਹੈ ਜੀ ਗੁਰੂ ਕੀ ਬਾਣੀ ਇਹ ਕਹਿੰਦੀ ਆ ਕਿ ਕਾਟੀ ਬੇੜੀ ਪਗਾ ਤੇ ਗੁਰਕੀਨੀ ਬੰਦ ਖਲਾਸ ਗੁਰੂ ਨੇ ਗੁਰੂ ਸਾਡੀਆਂ ਬੇੜੀਆਂ ਕੱਟ ਦਿੰਦਾ ਆ ਕਿਹੜੀਆਂ ਬੇੜੀਆਂ ਕੱਟ ਦਿੰਦਾ ਸਾਨੂੰ ਪਤਾ ਤੇ ਹੋਵੇ ਨਾ ਇੱਥੇ ਹੁਣ ਗੁਰਤੇਗ ਬਹਾਦਰ ਸਾਹਿਬ ਸਾਨੂੰ ਦੱਸ ਰਿਹਾ ਕਿ ਵੱਡੀ ਬੇੜੀ ਇੱਕ ਵੱਡਾ ਸ਼ੈਕਲਸ ਜਿਹਦੇ ਵਿੱਚ ਅਸੀਂ ਜਕੜੇ ਹੋਏ ਆ ਜਿਹਦੇ ਵਿੱਚ ਅਸੀਂ ਵੱਜੇ ਜਾਂਦੇ ਹਾਂ ਡੇਲੀ ਆਪਣੇ ਆਪ ਨੂੰ ਬੰਨ ਲੈਨੇ ਉਹ ਹੈ ਲਾਲਚ ਲੋਭ ਗਰੀਡ ਵਸਾ ਨਾ ਕਰੋ ਇਹਦਾ ਲਾਲਚ ਦਾ ਲਾਲਚੀ ਮਨ ਦਾ ਲੋਭੀ ਕਾ ਵਸਾ ਨ ਕੀਚੇ ਜੇ ਕਾ ਪਾਰ ਵਸਾਏ ਅੰਤਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਥੈਟ ਗਰੀਡੀ ਮਾਈਂਡ ਵਿਲ ਪੁਸ਼ ਯੂ ਇੰਟੂ 댓 ਕਾਈਂਡ ਆਫ ਪਲੇਸ 댓 ਕਾਈਂਡ ਆਫ ਸਿਚੁਏਸ਼ਨ ਇਨ ਯੂਅਰ ਲਾਈਫ ਜਿੱਥੇ ਤੁਹਾਨੂੰ ਕੋਈ ਸਪੋਰਟ ਕੋਈ ਹੈਲਪ ਵੀ ਨਹੀਂ ਮਿਲਣੀ ਲਾਲਚ ਤੁਹਾਨੂੰ ਇਹੋ ਜੇ ਮੋੜ ਤੇ ਲੈ ਜਾਏਗਾ ਇਹੋ ਜੇ ਟਰਨ ਤੇ ਲੈ ਜਾਏਗਾ ਲਾਈਫ ਦੇ ਇਹੋ ਜੇ ਯੂ نو ਸਿਚੁਏਸ਼ਨ ਚ ਲੈ ਜਾਏਗਾ ਜਿੱਥੇ ਫਿਰ ਕਿਤੇ ਵੀ ਹੈਲਪ ਨਹੀਂ ਮਿਲਣੀ ਤੁਸੀਂ ਵੱਜ ਜਾਣਾ ਤੇ ਹੁੰਦਾ ਵੀ ਇਹੀ ਹੈ ਅੱਜ ਜਿੰਨੇ ਕ੍ਰਾਈਮਸ ਹੁੰਦੇ ਨੇ ਕਈ ਵਾਰੀ ਆਪਾਂ ਦੇਖਦੇ ਆ ਨਾ ਕੋਈ ਕ੍ਰਿਮੀਨਲ ਫੜਿਆ ਜਾਵੇ ਕਿਸੇ ਨੇ ਵੱਡਾ ਕ੍ਰਾਈਮ ਕਰ ਲਿਆ ਕਮਿਟ ਕਰ ਲਿਆ ਤੇ ਉਹਨੂੰ ਜਾ ਕੇ ਪੁੱਛੀਏ ਕਿ ਤੂੰ ਕਿਉਂ ਕੀਤਾ ਤੇ ਕੀ ਕਹਿੰਦਾ ਗੋ ਮੈਂ ਕਰਨਾ ਨਹੀਂ ਸੀ ਪਰ ਮੇਥੋਂ ਹੋ ਗਿਆ ਲਾਲਚ ਨੇ ਕਰਾ ਲਿਆ ਲਾਲਚ ਨੇ ਬੜੀ ਦੁਨੀਆ ਉਜਾੜੀ ਹੈ ਸਾਸੰਗਤ ਗਰੀਡ ਨੇ ਲੋਭ ਨੇ ਬਹੁਤ ਉਜਾੜੇ ਕੀਤੇ ਸਾਡੇ ਸਾਹਮਣੇ ਅੱਛਾ ਅਸੀਂ ਵੀ ਕਈ ਵਾਰੀ ਗਰੀਡ ਵਿੱਚ ਆ ਕੇ ਲਾਲਚ ਵਿੱਚ ਆ ਕੇ ਇਹੋ ਜੇ ਕੰਮ ਕਰ ਬੈਨੇ ਆ ਨਾ ਕਰਦੇ ਕਿ ਨਹੀਂ ਦੱਸੋ ਅਸੀਂ ਲਾਲਚ ਵਿੱਚ ਆ ਕੇ ਕਿਸੇ ਤੇ ਭਰੋਸਾ ਕਰ ਲਿਆ ਯੂ نو ਪੈਸੇ ਦੇ ਮਾਮਲੇ ਚ ਕਰ ਲੋ ਕਿਸੇ ਹੋਰ ਮਾਮਲੇ ਚ ਕਰ ਲੋ ਅਸੀਂ ਭਰੋਸਾ ਕਰ ਲੈਨੇ ਆ ਤੇ ਫਿਰ ਅਸੀਂ ਕਹਿੰਨੇ ਓਕੇ ਇਹ ਮੈਨੂੰ ਕਹਿ ਰਿਹਾ ਹੈ ਕਿ ਹਾਂ ਇੰਨੇ ਸਮੇਂ ਦੇ ਵਿੱਚ ਆਈ ਵਿਲ ਗਿਵ ਇਟ ਆਈ ਵਿਲ ਗਿਵ ਯੂ ਦ ਡਬਲ ਮਨੀ ਲਾਲਚ ਆ ਗਿਆ ਲਾਲਚ ਵਿੱਚ ਮੈਂ ਉਹ ਚ ਉਹਨੂੰ ਦੇ ਦਿੱਤਾ ਫਿਰ ਕੀ ਹੁੰਦਾ ਫਿਰ ਜਦੋਂ ਦੇਖਦੇ ਆ ਕਿ ਉਹ ਕਿ ਹੀ অর ਸ਼ੀ ਰੈਨ ਅਵੇ that institution ran away ਔਰ ਉਹ ਭੱਜ ਗਿਆ ਫਿਰ ਅਸੀਂ ਪਛਤਾਉਨੇ ਆ ਕੋਈ ਹੈਲਪ ਨਹੀਂ ਮਿਲਦੀ ਹੁੰਦਾ ਏ ਕਿ ਨਹੀਂ ਲਾਈਫ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਪਰ bigger sense ਵਿੱਚ ਦੇਖੀਏ ਤਾਂ ਰਿਮੈਂਬਰ ਅ ਸਪਾਰਕ ਨੈਗਲੈਕਟਡ ਬਰਨਸ ਦਾ ਹਾਊਸ ਇੱਕ ਚਿੰਗਾਰੀ ਜਿੰਨੂੰ ਇਗਨੋਰ ਕਰਤਾ ਜਾਵੇ ਉਹ ਪੂਰੇ ਘਰ ਨੂੰ ਅੱਗ ਲਾ ਸਕਦੀ ਹੈ ਗਰੀਡ ਵੀ ਉਹੀ ਚਿੰਗਾਰੀ ਉਸ ਸਪਾਰਕ ਵਰਗਾ ਆ ਛੋਟੀ ਜੀ ਚਿੰਗਾਰੀ ਵੀ ਉਸ ਗਰੀਡ ਦੀ ਜਿਹੜੀ ਹੈ ਨਾ ਲਾਲਚ ਦੀ ਉਹ ਤੁਹਾਡੇ ਪੂਰੇ ਘਰ ਨੂੰ ਤੁਹਾਡੇ ਮਨ ਦੀ ਸ਼ਾਂਤੀ ਪੀਸ ਆਫ ਮਾਈਂਡ ਨੂੰ ਤਬਾਹ ਕਰ ਸਕਦੀ ਹੈ ਇਸ ਕਰਕੇ ਥੋੜੇ ਜਿਹੀ ਵੀ ਲਾਲਚ ਵਿੱਚ ਕੋਈ ਐਕਟ ਨਾ ਕਰੋ ਨੈਵਰ ਡੂ ਇਟ ਬਾਣੀ ਬਹੁਤ ਗੰਭੀਰ ਹੈ ਯੂ نو ਵੈਰੀ ਸੀਰੀਅਸ ਸਬਜੈਕਟਸ ਨੇ ਬਾਣੀ ਦੇ ਵਿੱਚ ਪਰ ਉਹ ਸੀਰੀਅਸ ਸਬਜੈਕਟ ਸਾਡੀ ਲਾਈਫ ਡੇਲੀ ਲਾਈਫ ਨਾਲ ਰਿਲੇਟਡ ਨੇ ਹਰ ਚੀਜ਼ ਨੂੰ ਅਸਮਾਨੀ ਗੱਲਾਂ ਨਾ ਬਣਾਈਏ ਗੁਰਬਾਣੀ ਕੋਈ ਆ ਕੋਈ ਹੋਰ ਨਹੀਂ ਅਸਮਾਨੀ ਗੱਲ ਧੁਰ ਕੀ ਬਾਣੀ ਆਂ ਅੰਦਰ ਧੁਰੋਂ ਗੁਰੂ ਸਾਹਿਬ ਦੇ ਧੁਰੋਂ ਨਿਕਲੀ ਆ ਬਾਣੀ ਅੰਦਰ ਧੁਰਾ ਧੁਰਾ ਮੀਨਸ ਦ ਸੈਂਟਰਲ ਪਲੇਸ ਅੰਦਰ ਜਦੋਂ ਗੁਰੂ ਸਾਹਿਬ ਨੇ ਇਸ ਲਾਈਫ ਨੂੰ ਦੇਖਿਆ ਆ ਜਾਣਿਆ ਆ ਜਿਹੜਾ ਗਿਆਨ ਉਹਨਾਂ ਦੇ ਅੰਦਰ ਹੈ ਉਹ ਸਾਡੇ ਸਾਹਮਣੇ ਬਾਣੀ ਰੂਪ ਵਿੱਚ ਸਾਨੂੰ ਦੇ ਕੇ ਗਏ ਆ ਰਿਟਨ ਕਿ ਐਲੋ ਮੈਂ ਤੁਹਾਨੂੰ ਦੱਸਣ ਲੱਗਾ ਗੁਰੂ ਗਾਈਡ ਕਰਦਾ ਰਾਹ ਦੱਸਦਾ ਮਾਰਗ ਦੱਸਦਾ ਆ ਰਾਹੇ ਪਾਉਂਦਾ ਆ ਗੁਰੂ ਨੇ ਸਾਨੂੰ ਇਹ ਬਾਣੀ ਦਿੱਤੀ ਹੈ ਤੇ ਇਹ ਬੜੀ ਗੰਭੀਰ ਹੈ ਥੀਸ ਆਰ ਸੀਰੀਅਸ ਇਸ਼ੂਸ ਆਫ आवर ਲਾਈਫ ਐਂਡ ਗੁਰੂ ਜੀ ਸਾਨੂੰ ਦੇਖੋ ਇੱਕ ਇੱਕ ਲਾਈਨ ਦੇ ਵਿੱਚ ਇੱਕ ਪੰਕਤੀ ਵਿੱਚ ਕਿੰਨੀ ਵੱਡੀ ਗੱਲ ਕਰ ਰਹੇ ਨੇ ਕਿ ਮੇਰੇ ਮਨਾ ਯਾਦ ਰੱਖ ਜੋ ਜੋ ਕਰ ਭਵੇਂ ਉਹ ਛੋਟਾ ਆ ਭਵੇਂ ਵੱਡਾ ਆ ਬਟ ਵੈਰੀ ਸਮਾਲ ਆ ਵਰਾਈ ਬਿਗ ਐਕਟ ਵਿਚਐਵਰ ਉਹ ਛੋਟਾ ਹੈ ਕਿ ਵੱਡਾ ਹੈ ਜੇ ਉਹ ਲਾਲਚ ਦੇ ਅਧੀਨ ਕੀਤਾ ਆ ਨਾ ਤੇ ਤੂੰ ਫਸੇਗਾ ਯੂਲ ਬੀ ਇਨ ਟ੍ਰੈਪ ਤੁ ਕਿਤੇ ਨਾ ਕਿਤੇ ਇਹੋ ਜੀ ਜਗ੍ਹਾ ਜਾ ਕੇ ਫਸੇਗਾ ਵੇ ਯੂ ਵਿਲ ਨਾਟ ਫਾਈਂਡ ਐਨੀ ਕਾਈਂਡ ਆਫ ਹੈਲਪ ਐਂਡ ਯੂ ਵਿਲ ਕ੍ਰਾਈ ਤੋ ਇਹ ਐਸੇ ਟ੍ਰੈਪ ਨੇ ਲਾਲਚ ਦੇ ਕਿ ਇਹ ਹਮੇਸ਼ਾ ਹਮੇਸ਼ਾ ਡਿਸਪਾਇੰਟਮੈਂਟ ਹਮੇਸ਼ਾ ਨਿਰਾਸ਼ਾ ਹਮੇਸ਼ਾ ਸਜ਼ਾ ਪਨਿਸ਼ਮੈਂਟ ਲੈ ਕੇ ਆਉਣਗੀ ਦਾ ਆਮ ਭਾਸ਼ਾ ਦੀਆਂ ਗੱਲਾਂ ਨੇ ਲਾਲਚ ਬੁਰੀ ਬਲਾ ਹੈ ਅਸੀਂ ਕਹਿੰਦੇ ਆ ਪਰ ਲਾਲਚ ਕਰਨ ਲੱਗਿਆਂ ਸਾਨੂੰ ਇਹ ਗੱਲ ਚੇਤੇ ਨਹੀਂ ਆਉਂਦੀ ਤੇ ਅਸੀਂ ਕਰ ਜਾਂਦੇ ਆ ਤੇ ਫਿਰ ਅਸੀਂ ਬਾਅਦ ਵਿੱਚ ਪਛਤਾਉਂਦੇ ਆ ਇਸੇ ਕਰਕੇ ਸਤਿਗੁਰੂ ਦੀ ਬਾਣੀ ਸਾਨੂੰ ਇਹ ਗੱਲ ਕਹਿੰਦੀ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਐਸਾ ਕੋਈ ਵੀ ਕੰਮ ਸਾਨੂੰ ਮੂਲ ਤੋਂ ਹੀ ਸ਼ੁਰੂ ਤੋਂ ਹੀ ਥੋੜਾ ਜਿਹਾ ਵੀ ਨਹੀਂ ਕਰਨਾ ਚਾਹੀਦਾ ਜਿਹੜਾ ਸਾਨੂੰ ਬਾਅਦ ਵਿੱਚ ਪਛਤਾਣਾ ਪਵੇ ਰਿਗਰਟ ਕਰਨਾ ਪਵੇ ਸਤਿਗੁਰੂ ਜੀ ਸੇਜ਼ ਲਾਲਚ ਦੇ ਅਧੀਨ ਅੰਡਰ ਦਾ ਇਨਫਲੂਐਂਸ ਆਫ ਗਰੀਡ ਨੈਵਰ ਡੂ ਐਨੀ ਕਾਈਂਡ ਆਫ ਐਕਟ ਕੁਛ ਨਾ ਕਰੋ ਪਾਵੇਂ ਛੋਟਾ ਹੈ ਪਾਵੇਂ ਵੱਡਾ ਹੈ ਕੋਈ ਗੱਲ ਨਹੀਂ ਜੀ ਥੋੜਾ ਜਿਹਾ ਇਹ ਕਰ ਲੈਨੇ ਤਾਂ ਕਿ ਇੱਥੇ ਕੋਈ ਕੁਝ ਨਹੀਂ ਹੋਣ ਲੱਗਾ ਪਰ ਨੈਵਰ ਡੂ ਥੈਟ ਜ਼ਹਿਰ ਹੁੰਦਾ ਨਾ ਸਾਸ ਸੰਗਤ ਪాయిਜ਼ਨ ਪాయిਜ਼ਨ ਦੀ ਪਾਵੇਂ ਪੂਰੀ ਬੋਟਲ ਪੀ ਲੋ ਤੇ ਪਾਵੇਂ ਇੱਕ ਡ੍ਰੌਪ ਪੀ ਲੋ ਇਟਸ ਇਨਫ ਟੂ ਕਿਲ ਯੂ ਸੇਮ ਇਜ਼ ਵਿਦ ਦਾ ਵਾਈਸਸ ਇਹ ਵਿਕਾਰ ਵੀ ਉਦਾਂ ਹੀ ਹੁੰਦੇ ਨੇ ਲਾਲਚ ਵੀ ਉਦਾਂ ਹੀ ਹੈ ਸਤਗੁਰੂ ਜੀ ਸੇਜ਼ ਸਮਝ ਨਾ ਪਰੀ ਸਾਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਵਿਖੇ ਰਸ ਰਚਿਓ ਵਿਸ਼ੇ ਵਿਕਾਰਾਂ ਚ ਪੈ ਗੇ ਸਾਨੂੰ ਬੜਾ ਅੱਛਾ ਲੱਗ ਰਿਹਾ ਬਾਹਰ ਆ ਆ ਮਿਲ ਜਾਏਗਾ ਇਦਾਂ ਮਿਲ ਜਾਏਗਾ ਕਿਸੇ ਨੇ ਆ ਕੇ ਸਕੀਮ ਦੱਸ ਦਿੱਤੀ ਮੈਂ ਫੇਰ ਲਾਲਚ ਦੀ ਗੱਲ ਕਰਦਾ ਕਿਉਂਕਿ ਸਤਗੁਰੂ ਦੱਸ ਰਹੇ ਨੇ ਕਿਸੇ ਨੇ ਮੜੀ ਜੀ ਸਕੀਮ ਦੱਸੀ ਆ ਕੇ ਕਿ ਇਦਾਂ ਇਦਾਂ ਹੋ ਜਾਏਗਾ ਮੇਰੇ ਮਨ ਚ ਲਾਲਚ ਆ ਗਿਆ ਸਮਝ ਨਹੀਂ ਪਈ ਉਹ ਜਿਹੜੀ ਚੀਜ਼ ਦਾ ਸਵਾਦ ਹੈ ਨਾ ਉਹਦਾ ਟੇਸਟ ਜਿਹੜਾ ਨਾ ਸਾਨੂੰ ਇਦਾਂ ਦਾ ਲੱਗ ਜਾਂਦਾ ਜਿਹੜੇ ਲੋਕ ਕਸੀਨੋ ਜਾਂਦੇ ਆ ਜੂਆ ਖੇលਦੇ ਆ ਉਹਨਾਂ ਨਾਲ ਇਹੀ ਹੁੰਦਾ ਨਾ ਕਿਉਂ ਜਦੋਂ ਜੂਆ ਖੇਡਣ ਬੈਠਦੇ ਆ ਤਾਂ ਜਿਹੜੇ ਆਰਗੇਨਾਈਜ਼ਰਸ ਹੁੰਦੇ ਆ ਜਿਹੜੇ ਹੋਰ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਯੂ ਨੋ ਇਨਸਪਾਇਰ ਕੀਤਾ ਹੁੰਦਾ ਹੈ ਕਿ ਤੂੰ ਖੇਡ ਸਾਡੇ ਨਾਲ ਤੇ ਉਹ ਉਹਨੂੰ ਇੱਕ ਦੋ ਵਾਰੀ ਜਿਤਾ ਦਿੰਦੇ ਆ ਨਾ ਛੋਟੀ ਛੋਟੀ ਚੀਜ਼ਾਂ ਉਹਦੇ ਵਿੱਚ ਉਹਨੂੰ ਉਹਨੂੰ ਉਹ ਵਿਨ ਕਰ ਜਾਂਦਾ ਜਿੱਤ ਜਾਂਦਾ ਤੇ ਉਹਦੇ ਮਨ ਚ ਲਾਲਚ ਆ ਜਾਂਦਾ ਗਰੀਡ ਆ ਜਾਂਦੀ ਆ ਜਾਂਦੀ ਕਿ ਨਹੀਂ ਫਿਰ ਉਹ ਵੱਡਾ ਵੱਡਾ ਹੋਰ ਕਹਿੰਦਾ ਚਲੋ ਮੈਂ ਹੋਰ ਲੈ ਲਾਂਗਾ ਹੋਰ ਲੈ ਲਾਂਗਾ ਫਿਰ ਉਹ ਫਸ ਜਾਂਦਾ ਅਸੀਂ ਲਿਓ ਟੋਲਸਟੋਏ ਦੀ ਤੁਸੀਂ ਸਾਰਿਆਂ ਨੇ ਸਟੋਰੀ ਸੁਣੀ ਹੋਣੀ ਹੈ ਪੜ੍ਹੀ ਹੋਣੀ ਹੈ ਕਿ देयर ਵਾਸ ਦਿਸ ਮੈਨ ਤੇ ਉਹਨੂੰ ਪਤਾ ਲੱਗਦਾ ਕਿ ਇਨ ਦਾ ਨੇਬਰਿੰਗ ਵਿਲੇਜ देयर देयर'ਸ ਅ ਚੀਫ ਹੋਥੇਕ ਨਵਾਂ ਚੀਫ ਆਇਆ ਉਹਦੇ ਕੋਲ ਬਹੁਤ ਸਾਰਾ ਲੈਂਡ ਹੈ ਬੜੀ ਸਾਰੀ ਜ਼ਮੀਨ ਹੈ ਤੇ ਉਹਨੇ ਇੱਕ ਕੰਡੀਸ਼ਨ ਰੱਖੀ ਹੈ ਕਿ ਤੁਸੀਂ ਆਓ ਸਨਰਾਈਜ਼ ਜਦੋਂ ਹੋਏਗਾ ਯੂ ਵਿਲ ਵਾਕ ਜਿੱਥੋਂ ਤੱਕ ਜਾ ਕੇ ਤੁਸੀਂ ਸਨਸੈਟ ਤੱਕ ਵਾਪਸ ਆ ਜਾਓਗੇ ਤੇ ਉਹ ਸਾਰਾ ਲੈਂਡ ਤੁਹਾਡਾ ਨਾਉ ਦਿਸ ਅੰਡਰ ਦਾ ਇਨਫਲੂਐਂਸ ਆਫ ਗਰੀਡ ਦਿਸ ਮੈਨ ਵੈਂਟ ਟੂ ਦੈਟ ਪਰਸਨ ਆਲਥੋ ਹੀ ਹੈਡ ਅ ਲੋਟ ਆਫ ਲੈਂਡ ਅਰਲੀਅਰ ਇਹਦੇ ਕੋਲ ਪਹਿਲਾਂ ਵੀ ਜ਼ਮੀਨ ਸੀ ਲਾਲਚ ਵਿੱਚ ਉੱਥੇ ਚਲਾ ਗਿਆ ਤੇ ਜਦੋਂ ਸਵੇਰ ਹੋਈ ਸਵੇਰ ਸ਼ੁਰੂ ਕਰਨਾ ਸਨਰਾਈਜ਼ ਤੋਂ ਹੀ 스타ਟਡ ਰਨਿੰਗ ਹੋਰ ਦੂਰ ਹੋਰ ਦੂਰ ਲਾਲਚ ਵਧਦਾ ਜਾਂਦਾ ਹੈ ਹਨਾ ਆਪਾਂ ਸਾਰਿਆਂ ਨੇ ਸਟੋਰੀਜ਼ ਪੜੀਆਂ ਬੱਚੇ ਪੜਦੇ ਆ ਉਹ ਚਿਲड्रन ਦੇ ਰੀਡ ਇਟ ਇਨ देयर ਟੈਕਸਟ ਬੁక్స్ ਇਨ ਦਾ ਸਕੂਲਸ ਅਸੀਂ ਕਿਉਂ ਬੋਲੇ ਜਾਂਦੇ ਇਸ ਚੀਜ਼ ਨੂੰ ਬੇਸਿਕ ਲਾਈਫ ਲੈਸਨ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਦੱਸ ਰਹੇ ਨੇ ਡੋਨਟ ਡੂ ਇਟ ਸਵੇਰੇ ਚੱਲਿਆ ਸਨਰਾਈਜ਼ ਤੋਂ ਭੱਜ ਜਾਂਦਾ ਚਲੋ ਹੋਰ ਥੋੜਾ ਥੋੜਾ ਹੋਰ ਦੁਪਹਿਰ ਹੋ ਗਈ ਕਿਤੇ ਆਰਾਮ ਨਹੀਂ ਕੀਤਾ ਹੋਰ ਤੇਜ਼ ਦੌੜਦਾ ਰਨਿੰਗ ਫਾਸਟ ਫਾਰ ਐਂਡ ਫਾਰ ਕਿ ਹੋਰ ਜ਼ਮੀਨ ਲੈ ਲਵਾ ਸਨਸੈਟ ਹੋਣ ਵਾਲਾ ਤੇ ਵਾਪਸ ਦੌੜਨ ਲੱਗਾ ਕਿ ਵਾਪਸ ਵੀ ਪੁੱਜਣਾ ਇਫ ਆਈ ਡੋਂਟ ਰੀਚ ওভার देयर ਆਈ ਵਿਲ ਨਾਟ ਗੈਟ ਇਵਨ ਐ 1 ਇੰਚ ਆਫ ਦੈਟ ਲੈਂਡ ਹੁਣ ਭੱਜਦਾ ਪੱਜਦਾ ਵੈਨ ਇਟ ਗੌਟ ਯੂ نو ਈਵਨਿੰਗ ਜੋ ਸਨਸੈਟ ਹੋਣ ਲੱਗਾ ਪੁੱਜਣ ਤੋਂ ਪਹਿਲਾਂ ਹੀ ਉੱਥੇ ਡਿੱਗ ਗਿਆ ਬਿਕਾਜ਼ ਆਫ ਡੀਹਾਈਡਰੇਸ਼ਨ ਉਹ ਹੀ ਡਾਈਡ ਉਹ ਲਾਲਚ ਨੇ ਉਹਨੂੰ ਮਕਾ ਦਿੱਤਾ ਸੀ ਇਹ ਬੱਚਿਆਂ ਨੂੰ ਇਹ ਕਹਾਣੀਆਂ ਪੜਾਉਣੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਦੱਸ ਰਹੇ ਨੇ ਉਹ ਜਿਹੜਾ ਲਾਲਚ ਹੈ ਨਾ ਉਹ ਟੇਸਟ ਵਾ ਇਹੋ ਜਿਹਾ ਲੱਗਦਾ ਨਾ ਸਾਨੂੰ ਬਾਹਰ ਲੀਆਂ ਚੀਜ਼ਾਂ ਦਾ ਵਿਖੇ ਰਸ ਰਚਿਓ ਉਸ ਰਸ ਵਿੱਚ ਐਸੇ ਪੈਨੇ ਆ ਕਿ ਸਾਨੂੰ ਸਮਝ ਨਹੀਂ ਪੈਂਦੀ ਆਲਦੋ ਵੀ ਆਰ ਰੀਡਿੰਗ ਦੋਸ ਥਿੰਗਸ ਆਲਦੋ ਆਲਦੋ ਵੀ ਆਰ ਲਿਸਨਿੰਗ ਦੈਟ ਵਿਜ਼ਡਮ ਫਾਰ 에ਜਸ ਨਾਓ ਪਰ ਜਸ ਹਰ ਕੋ ਬਿਸਰਾਇਓ ਹਰੀ ਦਾ ਜਸ ਵਿਸਰ ਜਾਂਦਾ ਹੈ ਹਰੀ ਦਾ ਜਸ ਮੀਨਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੰਦਾ ਭੁੱਲ ਜਾਂਦਾ ਹੈ ਇਸੇ ਕਰਕੇ ਲਾਲਚ ਆਉਂਦਾ ਨਾ ਜਿੱਥੇ ਸ਼ੁਕਰਾਨਾ ਨਹੀਂ ਹੈ ਜਿੱਥੇ ਥੈਂਕਸ ਨਹੀਂ ਹੈ ਉੱਥੇ ਗਰੀਡ ਆਏਗੀ ਜਿੱਥੇ ਲਾਲਚ ਹੈ ਉੱਥੇ ਸ਼ੁਕਰਾਨਾ ਨਹੀਂ ਹੋਏਗਾ ਉੱਥੇ ਮੈਂ ਰੱਬ ਕੋਲ ਡਿਮਾਂਡਸ ਹੀ ਰੱਖਾਂਗਾ ਮੈਂ ਉਹਦੇ ਕੋਲ ਨਿਤ ਨਵੀਂ ਮੰਗ ਹੀ ਰੱਖਾਂਗਾ ਲਾਲਚ ਹੀ ਪਿਆਰਣ ਲਾਲਚ ਸਾਨੂੰ ਸ਼ੁਕਰਾਨਾ ਨਹੀਂ ਕਰਨ ਦਿੰਦਾ ਜਸ ਨਹੀਂ ਗਾਉਣ ਦਿੰਦਾ ਪਰਮਾਤਮਾ ਦਾ ਸਭ ਤੋਂ ਵੱਡਾ ਜਸ ਤੇ ਇਹ ਹੀ ਹੈ ਨੇ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਹੋਰ ਬਿਆਨ ਜਸ ਕੀ ਗੱਲਣ ਪਰ ਇਹ ਸ਼ੁਕਰਾਨਾ ਦਿਸ ਥੈਂਕਸ ਦਿਸ ਗ੍ਰੈਟੀਟਿਊਡ ਨੈਵਰ ਕਮਸ ਟੂ ਅ ਪਰਸਨ ਹੂ ਇਸ ਗਰੀਡੀ ਲਾਲਚ ਨਹੀਂ ਆਉਣ ਦਿੰਦਾ ਸਮਝ ਨਹੀਂ ਪੈਂਦੀ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਟੇਸਟ ਦੇ ਵਿੱਚ ਇੰਨਾ ਜ਼ਿਆਦਾ ਯੂ نو ਇੰਗ੍ਰੋਸਡ ਹੋ ਜਾਂਦੇ ਆਂ ਥੈਟ ਵੀ ਡੋਨਟ ਅੰਡਰਸਟੈਂਡ ਦਾ ਵਿਜ਼ਡਮ ਵੀ ਹੈਵ ਬੀਨ ਲਿਸਨਿੰਗ ਫॉर 에ਜਸ ਐਂਡ ਵੀ ਯੂ نو ਫੇਲ ਟੂ ਥੈਂਕ ਦਾ ਲਾਰਡ ਅਸੀਂ ਉਹਨੂੰ ਸ਼ੁਕਰਾਨਾ ਨਹੀਂ ਕਰ ਪਾਉਂਦੇ ਸੰਗ ਸੁਆਮੀ ਸੋ ਜਾਣਿਓ ਨਾਹੀਂ ਅਸੀਂ ਭੁੱਲ ਜਾਂਦੇ ਆਂ